ਕਿਵੇਂ ਆ ਤੇਰੀ ਸਿਹਤ ਪੂਰੇ ਹੁਣ? ਠੀਕ ਹੈ? ਠੀਕ ਆ, ਅੱਗੇ ਨਾਲੋਂ ਕਾਫੀ ਠੀਕ ਹੈ। ਸਿਹਤ ਤਾਂ ਤੇਰੀ ਅੱਗੇ ਨਾਲੋਂ ਕਾਫੀ ਠੀਕ ਹੈ। ਬੋਲਦਾ ਕਿਉਂ ਨਹੀਂ? ਕੀ ਗੱਲ, ਤੂੰ ਚੱਜ ਨਾਲ ਗੱਲ ਕਿਉਂ ਨਹੀਂ ਕਰਦਾ? ਮੈਂ ਪਿਛਲੀ ਵਾਰੀ ਆਇਆ ਸੀ ਉਦੋਂ ਵੀ ਤੂੰ ਮੇਰੇ ਨਾਲ ਚੱਜ ਨਾਲ ਕੋਈ ਗੱਲ ਨਹੀਂ ਕੀਤੀ, ਅਤੇ ਬੋਲਦਾ ਤੂੰ ਹੁਣ ਵੀ ਨਹੀਂ। ਸਾਫ਼ ਪਤਾ ਲੱਗ ਰਿਹਾ ਕਿ ਤੇਰੇ 'ਤੇ ਕੋਈ ਪਰੇਸ਼ਾਨੀ ਹੈ। ਕੋਈ ਗੱਲ ਹੈ ਤਾਂ ਮੈਨੂੰ ਦੱਸ, ਅਸੀਂ ਮਿਲ ਕੇ ਉਹਦਾ ਹੱਲ ਕੱਢਾਂਗੇ। ਕੀ ਪਰੇਸ਼ਾਨੀ ਹੈ ਤੈਨੂੰ, ਦੱਸ ਦੱਸ। ਵੀ ਸਮਝ ਗਿਆ ਮੈਂ, ਤੈਨੂੰ ਤੇਰੀ ਕੁੜੀ ਦੇ ਵਿਆਹ ਦੀ ਚਿੰਤਾ ਹੈ ਨਾ? ਤੂੰ ਚਿੰਤਾ ਨਾ ਕਰ, ਅਸੀਂ ਕਰਾਂਗੇ ਉਹਦਾ ਵਿਆਹ। ਮੈਂ ਪੜ੍ਹਾਵਾਂ ਉਹਨੂੰ ਆਪਣੇ ਜਵਾਕਾਂ ਨਾਲ। ਜਿਹੋ ਜਿਹੀ ਤੇਰੀ ਧੀ, ਉਹੋ ਜਿਹੀ ਸਾਡੀ ਧੀ। ਬਸ ਹੁਣ ਮੰਜੇ ਦਾ ਖਹਿੜਾ ਛੱਡ ਦੇ, ਛੇਤੀ ਠੀਕ ਹੋ ਜਾ। ਆਪਾਂ ਮਿਲ ਕੇ ਵੱਜ ਗੱਜ ਕੇ ਤੇਰੀ ਧੀ ਦਾ ਵਿਆਹ ਕਰਾਂਗੇ। ਸਾਡੀ ਵੀ ਧੀ ਆ ਉਹ। ਤੂੰ ਹੁਣ ਬਸ ਮੰਜਾ ਛੱਡ ਦੇ, ਆਪਾਂ ਇਕੱਠਿਆਂ ਨੇ ਕੰਮ 'ਤੇ ਵੀ ਜਾਇਆ ਕਰਨਾ ਹੈ। ਜੇ ਕਿਸੇ ਹੋਰ ਚੀਜ਼ ਦੀ ਲੋੜ ਹੋਈ ਤਾਂ ਮੈਨੂੰ ਦੱਸੀ, ਠੀਕ ਹੈ? ਅਸੀਂ ਚੱਲਦੇ ਹਾਂ। ਬਾਈ, ਤੂੰ ਉਹਦੇ ਨਾਲ ਵਾਅਦਾ ਤਾਂ ਕਰਿਆ ਆ, ਆਪਾਂ ਦਿਹਾੜੀਦਾਰ ਬੰਦੇ ਹਾਂ, ਆਪਣੇ ਜਵਾਕਾਂ ਦੀ ਫੀਸ ਤਾਂ ਭਰੀ ਨਹੀਂ ਜਾਂਦੀ, ਕਿੱਥੋਂ ਭਰਾਂਗੇ ਉਹਦੇ ਬੱਚਿਆਂ ਦੀ ਫੀਸ? ਆਪਣੀ ਕਿਹੜਾ ਟਾਟਾ ਬਿਰਲਾ ਨਾਲ ਸਿੱਧੀ ਲੱਗਦੀ ਆ। ਦੇਖ ਛਿੰਦੇ, ਮੈਨੂੰ ਚੰਗੀ ਤਰ੍ਹਾਂ ਪਤਾ ਕਿ ਆਪਣੀ ਔਕਾਤ ਨਹੀਂ ਹੈ, ਪਰ ਜਿਹੜੀ ਚੀਜ਼ ਮੈਂ ਉਹਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਨਾ, ਉਹਦੇ ਨਾਲ ਬੰਦੇ ਦੀ ਅੱਧੀ ਬਿਮਾਰੀ ਤਾਂ ਵੈਸੇ ਹੀ ਦੂਰ ਹੋ ਜਾਂਦੀ ਹੈ। ਕਿਹੜੀ ਚੀਜ਼ ਬਾਈ? ਹੌਸਲਾ। ਉਹ ਪਤਾ ਨਹੀਂ ਇਹਨੇ ਬਚਣਾ ਕਿ ਨਹੀਂ ਬਚਣਾ। ਉਹ ਯਾਰ, ਬਾਪੂ ਬਿਮਾਰ ਆਪਣਾ। ਬਾਪੂ ਬਿਮਾਰ ਹੈ ਤਾਂ ਤੂੰ ਘਰੇ ਬਹਿ ਜਾ। ਉਹ ਯਾਰ, ਉਹਨੇ ਬਚਣਾ, ਪਤਾ ਨਹੀਂ ਨਹੀਂ ਬਚਣਾ। ਕਮਾਲ ਦਾ ਬੰਦਾ ਯਾਰ ਤੂੰ। ਚੱਲ ਆ ਜਾ ਛਿੰਦੇ।